ਅਗਲੀ ਖਬਰ ਅਮਰੀਕਾ ਤੋਂ ਆ। ਅਮਰੀਕਾ ਦੇ ਵਿੱਚ ਇੱਕ ਬਹੁਤ ਸਾਲ ਪਹਿਲਾਂ ਵਾਪਰੀ ਘਟਨਾ ਨੂੰ ਕੁਝ ਹੱਦ ਤੱਕ ਸਮਝਣ ਦਾ ਅਤੇ ਉਹਦੇ ਬਾਰੇ ਨਵੀਆਂ ਗੱਲਾਂ ਪਤਾ ਲਾਉਣ ਦਾ ਯਤਨ ਕੀਤਾ ਗਿਆ ਅਮਰੀਕਾ ਦੇ ਵਿੱਚ। US ਅਫੀਸ਼ੀਅਲ ਦੱਸ ਰਹੇ ਆ ਕਿ ਉਹਨਾਂ ਨੂੰ ਕੁਝ ਹਿਊਮਨ ਰਿਮੇਨਸ ਮਿਲੇ ਆ, ਬੰਦੇ ਦੇ ਅਵਸ਼ੇਸ਼ ਮਿਲੇ ਆ ਅਤੇ ਇੱਕ ਕਾਰ ਮਿਲੀ ਆ ਐਲਾਬਾਮਾ ਕ੍ਰੀਕ ਦੇ ਵਿੱਚ, ਜਿਹਨੇ ਇੱਕ ਬਹੁਤ ਵੱਡੀ ਮਿਸਟਰੀ ਸੋਲਵ ਕੀਤੀ ਆ। ਮਾਮਲਾ ਕੀ ਆ, ਵਿਅਕਤੀ ਦੇ ਅਵਸ਼ੇਸ਼ ਮਿਲਣੇ ਅਤੇ ਕਾਰ ਮਿਲਣੀ, ਉਹ ਇਹ ਮਾਮਲਾ 45 ਸਾਲ ਪਹਿਲਾਂ ਗੁਆਚੇ ਇੱਕ ਵਿਦਿਆਰਥੀ ਨਾਲ ਸੰਬੰਧਿਤ ਆ। ਹੁਣ ਮੰਨਿਆ ਇਹ ਜਾ ਰਿਹਾ ਕਿ 45 ਸਾਲ ਪਹਿਲਾਂ ਪੁਲਿਸ ਕੋਲ ਇੱਕ ਰਿਪੋਰਟ ਕਰਵਾਈ ਗਈ ਸੀ ਕਿ SS ਨਾਂ ਦਾ ਇੱਕ ਵਿਅਕਤੀ ਗਾਇਬ ਹੋ ਗਿਆ ਅਤੇ ਉਹਦਾ ਅਤਾ ਪਤਾ ਅਜੇ ਤੱਕ ਨਹੀਂ ਲੱਗਿਆ ਸੀ, ਜਿਹੜਾ 45 ਸਾਲ ਬਾਅਦ ਪੁਲਿਸ ਨੇ ਪਤਾ ਲਾਇਆ। ਮਾਮਲਾ 1976 ਦਾ ਆ। ਕੇਲਵੇਡ ਕਲਿੰਗਸਕੇਲ ਨੇ ਜਿਹੜਾ ਲਾਗਰੇਂਜ ਆ ਜੋਰਜੀਆ ਦੇ ਵਿੱਚ, ਉਹਨੂੰ ਛੱਡ ਕੇ ਉਹ ਬਰਨ ਐਲਾਬਾਮਾ ਦੇ ਵਿੱਚ ਡਰਾਈਵ ਕਰ ਰਿਹਾ ਸੀ, ਉੱਥੇ ਜਾ ਰਿਹਾ ਸੀ ਐਲਾਬਾਮਾ ਦੇ ਵਿੱਚ, ਪਰ ਉਹ ਕਦੇ ਵੀ ਪਹੁੰਚਿਆ ਨਹੀਂ। 22 ਸਾਲ ਇਹਦੀ ਉਮਰ ਸੀ ਅਤੇ 1974 ਦੀ ਜਿਹੜਾ ਇਹ ਮਾਮਲਾ ਸੀ, ਕਦੇ ਵੀ ਇਹਨੂੰ ਉਸ ਤੋਂ ਬਾਅਦ ਸੋਲਵ ਨਹੀਂ ਕੀਤਾ ਗਿਆ। ਪਰ ਬੀਤੇ ਦਿਨਾਂ ਦੇ ਵਿੱਚ ਕੁਛ ਲੋਕਾਂ ਨੇ ਉਹ 45 ਸਾਲ ਪੁਰਾਣੀ ਕਾਰ ਅਤੇ ਉਹਦੇ ਸਰੀਰ ਦੇ ਕੁਝ ਜਿਹੜੇ ਰਿਮੇਨਸ ਆ ਉਹ ਉੱਥੋਂ ਲੱਭੇ ਆ। ਜਦੋਂ ਉਹਨੂੰ ਵਹੀਕਲ ਨੂੰ ਬਾਹਰ ਕੱਢਿਆ ਗਿਆ ਤਾਂ ਫਿਰ ਉਹਦੇ ਤੋਂ ਬਾਅਦ ਪਤਾ ਲੱਗਿਆ ਕਿ ਇਹ ਕਲਿੰਸਕੇਲ ਦਾ ਹੀ ਵਹੀਕਲ ਆ, ਉਹਦੀ ਹੀ ਕਾਰ ਆ ਜਿਹਦੇ ਵਿੱਚ ਉਹ ਗੁੰਮ ਹੋਇਆ ਸੀ। ਹਾਲਾਂਕਿ ਇਹਦੇ ਬਾਰੇ ਜਦੋਂ ਉਹਦੇ ਵਿੱਚੋਂ ਜੋ ਕੁਛ ਮਿਲਿਆ ਉਹ ਮਨੁੱਖ ਦੀਆਂ ਹੱਡੀਆਂ ਲੱਗਦੀਆਂ ਆ, ਉਹਦੇ ਕ੍ਰੈਡਿਟ ਕਾਰਡਸ ਅਤੇ ਆਈਡੈਂਟੀਫਿਕੇਸ਼ਨ ਹੋਰ ਸਾਰੀਆਂ ਚੀਜ਼ਾਂ ਤੋਂ ਕਨਫਰਮੇਸ਼ਨ ਕੀਤੀ ਗਈ ਕਿ ਉਹੀ ਵਿਅਕਤੀ ਹੈ ਜਿਹੜਾ 45 ਸਾਲ ਪਹਿਲਾਂ ਗੁੰਮ ਹੋਇਆ ਸੀ। ਅਤੇ ਉਹ ਕਹਿੰਦੇ ਅਸੀਂ 45 ਸਾਲ ਪਹਿਲਾਂ ਇਸ ਯੰਗ ਮੈਨ ਬਾਰੇ ਅਤੇ ਇਸ ਕਾਰ ਬਾਰੇ ਲੱਭ ਰਹੇ ਸੀ। ਡਰੇਨ ਕੀਤੀ ਗਈ ਉਹ ਲੇਕ, ਉਹਦੇ ਵਿੱਚੋਂ ਬਾਕੀ ਸਾਰਾ ਕੁਛ ਉੱਥੋਂ ਕੱਢਿਆ ਗਿਆ, ਟੈਸਟ ਕੀਤੇ ਜਾ ਰਹੇ ਆ ਜਿਹਦੇ ਨਾਲ ਪਤਾ ਲੱਗ ਸਕੇ ਕਿ ਸੱਚ ਜਿਹੜੀ ਪਹਿਲੀ ਤਫਤੀਸ਼ ਆ ਉਹਦੇ ਵਿੱਚੋਂ ਤਾਂ ਇਹੀ ਪਤਾ ਲੱਗਿਆ ਵੀ ਇਹ ਉਹੀ ਨੌਜਵਾਨ ਆ ਜਿਹੜਾ 45 ਸਾਲ ਪਹਿਲਾਂ ਗੁੰਮ ਹੋਇਆ ਸੀ। ਪਰ ਉਹਦੇ ਤੋਂ ਬਾਅਦ ਅਗਲੇ ਟੈਸਟ ਕੀਤੇ ਜਾ ਰਹੇ ਆ ਤਾਂ ਕਿ ਇਹ ਕਨਫਰਮ ਕੀਤਾ ਜਾ ਸਕੇ ਕਿ ਇਹ ਸੱਚਮੁੱਚ ਉਹੀ ਵਿਅਕਤੀ ਆ। ਇਹ ਪੁਲਿਸ ਪਹਿਲਾਂ ਤੋਂ ਇਹ ਮੰਨ ਰਹੀ ਸੀ ਕਿ ਇਹਨੂੰ ਕਿਸੇ ਨੇ ਮਾਰ ਦਿੱਤਾ ਆ। 2005 ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੇ ਇੱਕ ਗਲਤ ਸਟੇਟਮੈਂਟ ਦਿੱਤੀ ਸੀ ਇਹਦੇ ਮਿਸਿੰਗ ਬਾਰੇ, ਇਹਦੀ ਡਿਸਅਪੀਅਰੈਂਸ ਬਾਰੇ। ਪੁਲਿਸ ਜਿਹੜੀ ਆ ਉਹ ਅਜੇ ਵੀ ਜਿਹੜੀ ਇਸ ਗੱਲਬਾਤ ਬਾਰੇ ਆਸ਼ਵੰਦ ਆ, ਕੋਈ ਇਸ ਮਾਮਲੇ ਨੂੰ ਜਲਦੀ ਸਮਝਾ ਲੈਣਗੇ ਕਿ ਕਿਹਨੇ ਕਤਲ ਕੀਤਾ, ਕਿਉਂ ਇਹ ਕਤਲ ਕੀਤਾ। ਜਿਹੜਾ ਇਹ ਵਿਅਕਤੀ ਸੀ ਕਲਿੰਸਕੇਲੇ, ਇੱਕੋ ਇੱਕ ਜਿਹੜਾ ਬੱਚਾ ਸੀਗਾ ਇਹਦੇ ਪਿਤਾ ਦੀ 2007 ਦੇ ਵਿੱਚ ਮੌਤ ਹੋ ਗਈ, ਇਹਦੀ ਮਾਤਾ ਦੀ ਇਸ ਸਾਲ ਮੌਤ ਹੋਈ ਆ। ਪਰ ਉਹ ਕਹਿੰਦੇ ਅਸੀਂ ਹਮੇਸ਼ਾ ਇਸ ਗੱਲ ਬਾਰੇ ਆਸਵੰਦ ਸੀਗੇ ਕਿ ਇਹ ਅਸੀਂ ਮਸਲਾ ਹੱਲ ਕਰਾਂਗੇ ਅਤੇ ਇਹ ਵਿਅਕਤੀ ਆਪਣੇ ਘਰ ਜ਼ਰੂਰ ਆਊ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।